ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਸਜਾਏ ਗਏ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਵੱਖ ਵੱਖ ਥਾਈਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਪਿਆਓ ਵਿਖੇ ਪੁੱਜਾ। ਪਹਿਲੀ ਵਾਰ ਕਮੇਟੀ ਵੱਲੋਂ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਦੇ ਲਈ ਕਮੇਟੀ ਦੀ ਵੈਬਸਾਈਟ ਤੇ ਖਾਸ ਪ੍ਰਬੰਧ ਕੀਤਾ ਗਿਆ ਸੀ। ਕਮੇਟੀ ਵੈਬਸਾਈਟ ਤੇ ਕਲਿੱਕ ਕਰਨ ਉਪਰੰਤ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਨਿਸ਼ਾਨ ਸਾਹਿਬ ਲੱਗੇ ਗੁੰਬਦ ਵਰਗੇ ਚਿੰਨ੍ਹ ਤੋਂ ਪ੍ਰਾਪਤ ਹੋਈ, ਜਿਸ ਕਰਕੇ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਉਡੀਕ ਦੇ ਲਈ ਰੂਟ ਤੇ ਖੜਨ ਦੀ ਲੋੜ ਨਹੀਂ ਪਈ। ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੇ ਪੰਥ ਨੂੰ ਵਧਾਈ ਦਿੱਤੀ। ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੀ ਮੈਂ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਵਧਾਈ ਦਿੰਦਾ। ਗੁਰੂ ਨਾਨਕ ਸਾਹਿਬ ਦਾ ਸੁਨੇਹਾ ਕਿਸੇ ਇੱਕ ਧਰਮ, ਇੱਕ ਜਾਤੀ, ਕਿਸੇ ਵਿਸ਼ੇਸ਼ ਲਈ ਨਹੀਂ ਸੀ, ਸਮੁੱਚੀ ਮਨੁੱਖਤਾ ਲਈ ਸੀ। ਉਹ ਸੁਨੇਹਾ ਸੀ ਸਾਂਝੀਵਾਲਤਾ ਦਾ, ਊਚ ਨੀਚ ਖਤਮ ਕਰਨ ਦਾ, ਪਰਸਪਰ ਪਿਆਰ ਦਾ, ਸਭ ਧਰਮਾਂ ਦੀ ਇੱਜ਼ਤ ਕਰਨ ਦਾ ਔਰ ਇੱਕ ਰੱਬ ਦਾ, ਗ੍ਰਸਤੀ 'ਚ ਰਹਿ ਕੇ ਰੱਬ ਨੂੰ ਪਾਉਣ ਦਾ। ਅੱਜ ਜਿਹੜਾ ਇਤਿਹਾਸਿਕ ਨਗਰ ਕੀਰਤਨ ਹੈ ਸੀਸਗੰਜ ਸਾਹਿਬ ਤੋਂ ਚੱਲ ਕੇ ਨਾਨਕ ਪਿਆਓ ਸਾਹਿਬ ਪਹੁੰਚੇਗਾ ਸ਼ਾਮਾਂ ਤਾਈਂ, ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਂਝੀਵਾਲਤਾ ਦਾ ਮੈਸੇਜ, ਜਿਹੜਾ ਨਾਮ ਜਪੋ ਵੰਡ ਛਕੋ ਕਿਰਤ ਕਰਨ ਦਾ ਮੈਸੇਜ ਦਿੰਦਾ ਹੋਇਆ ਜਾਏਗਾ। ਮੈਂ ਅੱਜ ਦੇ ਦਿਨ ਦੀ ਸਭ ਨੂੰ ਵਧਾਈ ਦਿੰਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਅੱਜ ਦੇ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵੱਲ ਜਾ ਰਹੇ ਨੇ, ਜਿੱਥੇ ਮੈਂ ਗੁਰੂ ਨਾਨਕ ਨਾਮ ਲੇਵਾ ਸਾਰੀ ਸਾਧ ਸੰਗਤ ਨੂੰ, ਦੁਨੀਆ ਭਰ 'ਚ ਵੱਸਦੀ ਸੰਗਤ ਨੂੰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਭੂਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈ ਹੈ। ਸਾਨੂੰ ਜਿਹੜੇ ਮਾਰਗਾਂ 'ਤੇ ਚੱਲਣ ਵਾਸਤੇ ਗੁਰੂ ਨਾਨਕ ਦੱਸਿਆ, ਭਰਮ ਭੇਖ 'ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ, ਸਾਨੂੰ ਸਾਰੇ ਭਰਮਾਂ ਭੁਲੇਖਿਆਂ ਤੋਂ ਬਾਹਰ ਕੱਢਣ ਵਾਲੇ ਉਸ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਅੱਜ ਸਮਰਪਿਤ ਹਾਂ। ਕਿਨਕਾ ਮਾਤਰ ਵੀ ਆਪਾਂ ਜੇ ਉਹਨਾਂ ਦੇ ਦਿਖਾ ਦੱਸੇ ਚੱਲੀਏ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਅੱਜ ਸਾਨੂੰ ਮੁਸ਼ਕਿਲਾਂ ਆਉਂਦੀਆਂ ਉਹ ਨਹੀਂ ਆਉਣਗੀਆਂ। ਮਹਾਰਾਜ ਦੇ ਤਿੰਨ ਪ੍ਰਿੰਸੀਪਲ ਜਿਹੜੇ ਸਾਨੂੰ ਦਿੱਤੇ ਸਨ, ਨਾਮ ਜਪੋ, ਕਿਰਤ ਕਰੋ ਔਰ ਵੰਡ ਕੇ ਛਕੋ, ਸਾਰੇ ਗੁਰੂ ਨਾਨਕ ਨਾਮ ਲੈਣ ਨੂੰ ਉਸ 'ਤੇ ਪਹਿਲਾਂ ਦੇਣਾ ਚਾਹੀਦਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪੁਲਵਾ, ਸਿੰਘ ਬੁੱਕੇ ਮਰਗਾਵਲੀ ਭੰਨੀ ਜਾਏ ਨਾ ਤੀਰ ਧਰੋਆ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਦੇ ਮਹਾਂਵਾਕ ਅਨੁਸਾਰ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ, ਇਸ ਪ੍ਰਕਿਰਤੀ ਨੂੰ ਸੁਧਾਰਨ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ, ਜਿਨ੍ਹਾਂ ਲੋਕਾਂ ਨੇ ਦੁਨੀਆ ਦੇ ਵਿੱਚ ਪਖੰਡ ਦੇ ਦੌਰ ਚਲਾ ਰੱਖੇ ਸੀ, ਡੇਰੇ ਚਲਾ ਰੱਖੇ ਸੀ, ਜਿਹੜੇ ਲੋਕ ਵਹਿਮਾਂ ਦੇ ਭਰਮਾਂ ਦਾ ਸ਼ਿਕਾਰ ਹੋ ਚੁੱਕੇ ਸਨ, ਐਸੇ ਅੰਧ ਘੋਰ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਨਨਕਾਣਾ ਸਾਹਿਬ ਦੇ ਧਰਤੀ 'ਤੇ ਹੋਇਆ। ਅੱਜ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸਿੱਖ ਸੰਗਤ ਨੂੰ, ਸਾਰੇ ਨਾਨਕ ਨੇਵਾਲ ਨਾਮ ਲੇਵਾ ਨੂੰ। ਮੈਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਾਰਿਆਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ, ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਅੱਜ ਸਵੇਰ ਤੋਂ ਜਿੱਥੇ ਗੁਰਦੁਆਰਾ ਸਿੰਘ ਸਾਹਿਬ ਤੋਂ ਇਹ ਨਗਰ ਕੀਰਤਨ ਚੱਲਿਆ ਔਰ ਰਸਤੇ ਦੇ ਵਿੱਚ ਜਿਹੜੇ ਇਹ ਪੰਡਾਲ ਲਗਾਏ, ਲੰਗਰ ਛਕਾਉਣ ਦੀ ਗੱਲ ਕੀਤੀ। ਮੈਂ ਸਮਝਦਾ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਉਦੇਸ਼ ਦੇ ਉੱਤੇ ਚੱਲਦੇ ਹੋਏ ਸਿੱਖਾਂ ਨੇ ਸਾਰੇ ਉਹਨਾਂ ਦੇ ਨਾਮ ਲੇਵਾ ਨੇ ਜਿਹੜਾ ਇਹ ਸਾਂਝੀ ਵਾਰਤਾ ਦਾ ਪ੍ਰਤੀਕ ਕੀਤਾ ਔਰ ਗੁਰਦੁਆਰਾ ਨਾਨਕ ਪਿਆਓ ਸਾਹਿਬ ਜਿਹੜੀ ਇਹਦੀ ਸਮਾਪਤੀ ਹੋਣੀ ਹੈ, ਉੱਥੇ ਤੱਕ ਇਹ ਜਿਹੜੇ ਪੰਡਾਲ ਲਗਾਏ ਗਏ ਨੇ ਲੰਗਰ ਦੇ, ਗੁਰੂ ਦੀ ਸੇਵਾ ਕਰਦੇ ਹੋਏ, ਮੈਂ ਸਮਝਦਾ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਿੱਤਾ ਹੋਇਆ ਉਦੇਸ਼ ਜਿਹਨੂੰ ਸੰਗਤਾਂ ਅੱਜ ਹੁਮਾ ਕੇ ਮਨਾ ਰਹੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਜੋ ਅੱਜ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋਇਆ, ਇਹ ਸੰਗਤਾਂ ਦਾ ਠਾਠਾ ਮਾਰਦਾ ਕੱਟ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ ਆਪਣਾ ਅਵਤਾਰ ਤਾਰਿਆ ਕਲਯੁੱਗ ਨੂੰ ਤਾਰਨ ਲਈ ਔਰ ਜੋ ਮੈਸੇਜ ਸਾਨੂੰ ਦਿੱਤਾ ਕਿ ਨਾਮ ਜਪੋ, ਕਿਰਤ ਕਰੋ ਔਰ ਵੰਡ ਕੇ ਛਕੋ, ਔਰ ਇਹ ਮੈਸੇਜ ਔਰ ਉਸ ਤੋਂ ਬਾਅਦ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਬ ਪਟਾਕੇ ਜਿਹੜੇ ਅੱਜ ਦੇ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਿਆ ਹੈ, ਇਲੀ ਬੰਬ ਪਟਾਕਿਆਂ ਦੀ ਮਨਾਈ ਹੈ ਔਰ ਗੁਰੂ ਨਾਨਕ ਸਾਹਿਬ ਦਾ ਵੀ ਪਹਿਲੇ ਆਪਣੇ ਪਰਵਾਇਣ ਨੂੰ ਇਹੀ ਮੈਸੇਜ ਸੀ ਹਰਾ ਭਰਾ ਦੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਸਮੂਹ ਜਗਤ ਨੂੰ ਜਿੱਥੇ ਜਿੱਥੇ ਗੁਰੂ ਦਾ ਸਿੱਖ ਬੈਠਾ ਹੈ ਉਹਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਫੋਂ ਲੱਖ ਲੱਖ ਵਧਾਈ ਦਿੰਦੇ ਹਾਂ। ਗੁਰੂ ਨਾਨਕ ਮਹਾਰਾਜ ਨੇ ਮਾਨਤਾ ਦੀ ਭਲਾਈ ਲਈ ਜੋ ਆਪਣੇ ਅੱਜ ਦੇ ਦਿਨ ਜੋ ਉਪਦੇਸ਼ ਦਿੱਤਾ,
कि मानस की जात सभ्य एक ही पहचान हो। लगातार गुरु नानक देव महाराज ने पूरे विश्व का भ्रमण किया, जो संदेश दे के अज जो सिखी है गुरु नानक देव महाराज दे जो अन्यायी हैं वह अज लगातार पूरे संसार के विच गुरु महाराज का नगर कीर्तन कर रहे हैं।